ਅੱਜ ਸਬ ਡਿਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਵਿਖੇ ਮੋਬਾਈਲ ਦੇ ਲੈਣ ਦੇਣ ਦੇ ਮਾਮੂਲੀ ਮਾਮਲੇ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਕੀਤੇ ਹਮਲੇ ਦੌਰਾਨ 18 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਲੜਕਾ ਗੰਭੀਰ ਜ਼ਖਮੀ ਹੋਇਆ ਹੈ। ਥਾਣਾ ਬਿਆਸ ਦੀ ਪੁਲਿਸ ਵੱਲੋਂ ਦੋਸ਼ੀ ਤੇਜਵਿੰਦਰ ਉਰਫ ਜੱਗਾ ਨਵਜੋਤ ਸਿੰਘ ਅਕਬਰ ਸਿੰਘ ਅਤੇ ਹੀਰਾ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੱਲ੍ਹ ਸ਼ਾਮੀ ਪਿੰਡ ਸਠਿਆਲੇ ਦੇ ਵਿੱਚ ਤੇਜਵਿੰਦਰ ਸਿੰਘ ਜੱਗਾ, ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਮੂਲੀ ਝਗੜਾ ਹੋਇਆ ਸੀ ਕਿਸੇ ਮੋਬਾਇਲ 'ਤੇ ਲੈਣ ਦੇਣ ਤੋਂ। ਅਤੇ ਅੱਜ ਸਵੇਰੇ ਤੇਜਵਿੰਦਰ ਸਿੰਘ ਜੱਗਾ, ਨਵਜੋਤ ਸਿੰਘ ਅਕਬਰ ਅਤੇ ਹੀਰਾ ਚਾਰੇ ਜਣਿਆਂ ਨੇ ਇੱਕ ਨੁੱਕਰ 'ਚ ਖਲੋ ਕੇ ਜਦੋਂ ਉੱਥੋਂ ਦੀ ਗੁਰਪ੍ਰੀਤ ਸਿੰਘ ਅਤੇ ਸੰਦੀਪ ਨੰਗੇ ਤਾਂ ਉਹਨਾਂ ਨੇ ਮੋਟਰਸਾਈਕਲ 'ਤੇ ਹਮਲਾ ਕੀਤਾ, ਵਿੱਚ ਗੁਰਪ੍ਰੀਤ ਸਿੰਘ ਦੇ ਸੱਟਾਂ ਲੱਗੀਆਂ ਅਤੇ ਸੰਦੀਪ ਦੇ ਸੱਟਾਂ ਲੱਗੀਆਂ। ਇਹਨਾਂ ਕੋਲ ਕਿਰਚ ਵਗੈਰਾ ਸੀ, ਇਹਨਾਂ ਕੋਲ ਜੱਗੇ ਵਗੈਰਾ ਕੋਲ। ਸਰ ਕੀ ਕਾਰਨ ਕੀ ਨਿਕਲਿਆ ਇਹਦੇ ਵਿੱਚ? ਕਾਰਨ ਮੂਲੀ ਗੱਲ ਝਗੜਾ ਹੋਇਆ ਸੀ ਮੋਬਾਇਲ ਦੇ ਕਿਸੇ ਲੈਣ ਦੇਣ ਤੋਂ ਨਾ, ਉੱਤੋਂ ਇਹਨਾਂ ਦੇ ਝਗੜੇ ਨੂੰ ਇਹਨਾਂ ਨਾਲ ਵੱਡਾ ਰੂਪ ਧਾਰ ਲਿਆ ਇਹਨਾਂ ਨੇ। ਅਤੇ ਉਹਦੇ ਨਾਲ ਜਿਹੜਾ ਸੰਦੀਪ ਦੇ ਸੱਟਾਂ ਲੱਗਣ ਨਾਲ ਬਲੀਡਿੰਗ ਜ਼ਿਆਦਾ ਹੋ ਗਈ, ਉਹਦੇ ਸਿਵਲ ਹਸਪਤਾਲ ਬਾਬੂ ਗੜੇ ਉਹਦੇ ਪੱਟ 'ਤੇ ਕਰਚਾ ਗੋਡੇ ਦੇ ਪਿਛਲੇ ਪਾਸੇ, ਜ਼ਖਮ ਜ਼ਿਆਦਾ ਸੀ, ਬਲੀਡਿੰਗ ਜ਼ਿਆਦਾ ਹੋ ਗਈ। ਇੱਕ ਗੁਰਪ੍ਰੀਤ ਸਿੰਘ ਗੋਪੀ ਜ਼ਖਮੀ ਹੈ, ਉਹਦੀ ਹਾਲਾਤ ਠੀਕ ਆ, ਉਹਦੇ ਮੂਲੀ ਸੱਟਾਂ ਲੱਗੀਆਂ। ਕਿੰਨੇ ਬੰਦੇ ਆਏ ਸੀ? ਚਾਰ ਜਣੇ ਆਏ ਸੀ, ਚਾਰ ਜਣੇ ਹਮਲਾ ਕੀਤਾ ਸੀ, ਹਮਲਾ ਕਰਨ ਵਾਲੇ ਚਾਰੇ ਜਣੇ ਸੀ, ਗ੍ਰਿਫਤਾਰ ਕਰ ਲਿਆ ਜੀ ਇਹਨਾਂ ਨੂੰ। ਕੱਲ੍ਹ ਨੂੰ ਇਹਨਾਂ ਨੂੰ ਡਿਊਟੀ ਮਿਸਟਰ 'ਤੇ ਪੇਸ਼ ਕਰਕੇ ਇਹਨਾਂ, ਇਹ ਵੀ ਸਠਿਆਲੇ ਦਾ ਨਾ, ਇੱਕ ਮੁੰਡਾ ਪਿੰਡ ਧਰਦਿਓ ਦਾ, ਉੱਥੇ ਆਪਣੇ ਨਾਨਕੇ ਪਿੰਡ ਆਇਆ ਸੀ ਮਿਲਣ, ਹੀਰਾ ਸਿੰਘ ਜਿਹੜਾ। ਸਰ ਕੀ ਕਾਰਨ ਹੈਗਾ ਵਾ 10 ਦਿਨਾਂ ਦਰਮਿਆਨ ਕਰੀਬ ਅੱਧੀ ਦਰਜਨ ਕਤਲ ਜਿਹੜੇ ਹੈਗੇ ਆ ਉਹ ਵਾਰਦਾਤਾਂ ਹੋ ਚੁੱਕੀਆਂ ਨੇ ਇਸ ਇਲਾਕੇ ਦੇ ਵਿੱਚ? ਇਹ ਮੂਲੀ ਝਗੜੇ ਤੋਂ ਉਹਨਾਂ ਦਾ ਕਤਲ ਹੋਏ ਨੇ ਜੀ, ਰਈ ਵਾਲਾ ਕਤਲ ਵੀ ਮੂਲੀ ਆਪਾਂ ਝਗੜੇ ਸੀ, ਮੁੰਡੇ ਬੈਠੇ ਤਾਸ਼ ਵਗੈਰਾ ਖੇਡ ਰਹੇ ਸੀ, ਝਗੜ ਪਿਆ। ਹੁਣ ਆਹ ਜਿਹੜੇ ਮੁੰਡੇ ਨੇ ਕੋਈ ਨਸ਼ਾ ਨਹੀਂ ਕਰਦੇ ਨਾ ਇਸ ਪਾਸੇ ਹੈਗੇ ਨੇ, 20 ਤੋਂ 25 ਸਾਲ ਉਹਨਾਂ ਦੀ ਉਮਰ ਹੈ, ਉਸ ਤਰ੍ਹਾਂ ਦੀ ਕੋਈ ਗੱਲ ਨਹੀਂ, ਸਾਰੇ ਅਰੈਸਟ ਕਰ ਲਏ ਜੀ। ਅਸੀਂ 302 IPC ਦਾ ਮਾਮਲਾ ਦਰਜ ਕਰਤਾ ਜੀ।